ਸ਼ੈਲਟਰ ਬਣਾਇਆ ਹੋਇਆ ਛੋਟਾ ਜਿਹਾ, ਉੱਥੇ ਸਰ ਜਿਵੇਂ ਕੋਈ ਡੋਗ ਬਲਾਇੰਡ ਹੋ ਗਿਆ, ਨਾ ਹੋ ਗਿਆ ਕਿਸੇ ਵੀ ਰੀਜ਼ਨ ਤੋਂ, ਕੋਈ ਪੈਰਾਲਾਈਜ਼ਡ ਹੋ ਗਿਆ, ਕੋਈ ਕੈਂਸਰ ਦਾ ਟ੍ਰੀਟਮੈਂਟ ਚੱਲ ਰਿਹਾ, ਕਿਸੇ ਦਾ ਖੁਰਕ ਦਾ ਟ੍ਰੀਟਮੈਂਟ ਚੱਲ ਰਿਹਾ, ਭਾਂ ਪੈ ਜਾਂਦੀ ਹੈ, ਖੁਰਕ ਨਾਲ ਵੀ ਗੰਦੀ ਬਿਮਾਰੀ ਹੈ ਭਾਂ, ਅਤੇ ਜਾਂ ਜਿਹੜੇ ਅਪੰਗ ਹੋ ਜਾਂਦੇ ਡੋਗਸ, ਉਹਨਾਂ ਨੂੰ ਸਰ ਤੁਸੀਂ ਪਰਮਾਨੈਂਟਲੀ ਫਿਰ ਉੱਥੇ ਲੈ ਜਾਂਦੇ ਹੈਗੇ। ਮੁਕਤਸਰ ਜ਼ਿਲ੍ਹੇ ਦਾ ਸ਼ਹਿਰ ਗਿੱਦੜਬਾਹਾ ਕੁੱਤਿਆਂ ਦੀ ਸ਼ਿੱਦਤ ਨਾਲ ਸੇਵਾ ਕਰਨ ਵਾਲੇ ਲਲਿਤ ਬਾਂਸਲ ਕਰਕੇ ਵੀ ਜਾਣਿਆ ਜਾਣ ਲੱਗਿਆ। ਕੁੱਤਿਆਂ ਦੀ ਸੇਵਾ ਦਾ ਅਜਿਹਾ ਜਨੂੰਨ ਹੈ ਕਿ ਲਲਿਤ ਨੇ ਵਿਆਹ ਵੀ ਨਹੀਂ ਕਰਵਾਇਆ। ਤਕਰੀਬਨ 8 ਸਾਲ ਤੋਂ ਇਸ ਕੰਮ ਵਿੱਚ ਲੱਗੇ ਲਲਿਤ ਮੌਜੂਦਾ ਸਮੇਂ 70 ਦੇ ਕਰੀਬ ਕੁੱਤਿਆਂ ਦਾ ਰੋਜ਼ਾਨਾ ਢਿੱਡ ਭਰਦੇ ਨੇ। 8 ਸਾਲ ਤੋਂ ਉੱਪਰ ਹੋ ਗਿਆ ਜੀ ਇਸ ਸਿਸਟਮ ਦੇ ਲੱਗੇ ਨੇ। ਇਸ ਟਾਈਮ ਮੇਰੇ ਕੋਲ 230 ਤੋਂ ਉੱਪਰ ਡੋਗ ਹੈਗੇ ਆ ਜਿਹੜੇ ਅੰਡਰ ਸਰਵੇਲੈਂਸ ਰਹਿੰਦੇ ਹੈਗੇ ਆ, ਜਿਹਦੇ ਵਿੱਚੋਂ ਤਕਰੀਬਨ 70 ਡੋਗ ਦੀ ਫੀਡਿੰਗ ਜਾਂਦੀ ਹੈਗੀ। ਉਸ ਫੀਡਿੰਗ ਦੇ ਵਿੱਚ ਪੈਡੀਗਰੀ ਹੋ ਗਈ, ਬਿਸਕੁਟ ਹੋ ਗਏ, ਫਰੂਟ ਕੇਕ ਹੋ ਗਿਆ, ਦੁੱਧ ਹੋ ਗਿਆ, ਜਿਹੜੇ ਕੋਈ ਸੂਈ ਕੁੱਤੀ ਹੈ, ਕੋਈ ਪ੍ਰੈਗਨੈਂਟ ਵਿੱਚ ਹੈ, ਜਾਂ ਐਕਸੀਡੈਂਟਲ ਡੋਗ ਹੈਗਾ, ਵੀਕ ਹੈਗਾ, ਉਹਦੇ ਨਾਲ ਡਾਕਟਰ ਨਾਲ ਕੰਸਲਟ ਕਰਕੇ ਐਕਸਟਰਾ ਫੀਡਿੰਗ ਉਹਨਾਂ ਵਾਸਤੇ ਲੈ ਕੇ ਜਾਂਦੇ ਹਨ। ਪ੍ਰੋਟੀਨ ਪਾਊਡਰ ਵਗੈਰਾ ਹੋ ਗਿਆ ਜਾਂ ਕੋਈ ਅੱਛੀ ਚੀਜ਼ ਲੈ ਕੇ ਜਾਂਦੇ ਉਹਨਾਂ ਵਾਸਤੇ। ਆਯੁਰਵੈਦਿਕ ਦਵਾਈਆਂ ਦੀ ਸਪਲਾਈ ਦਾ ਕੰਮ ਕਰਦੇ ਲਲਿਤ ਕੁੱਤਿਆਂ ਦੇ ਖਾਣੇ ਉੱਤੇ ਖੁਦ ਵੀ ਖਰਚਾ ਕਰਦੇ ਨੇ ਅਤੇ ਦਾਨੀਆਂ ਦੀ ਵੀ ਮਦਦ ਲੈਂਦੇ ਨੇ। ਲਲਿਤ ਜਿਸ ਦੁਕਾਨ ਵਿੱਚ ਦਵਾਈਆਂ ਦਾ ਕੰਮ ਕਰਦੇ ਨੇ ਹੁਣ ਉਸ ਨੂੰ ਕੁੱਤਿਆਂ ਲਈ ਸ਼ੈਲਟਰ ਵਿੱਚ ਤਬਦੀਲ ਕਰ ਦਿੱਤਾ ਗਿਆ। 650-800 ਰੁਪਏ ਖਰਚਾ ਆ ਜਾਂਦਾ ਜੀ। ਠੀਕ ਹੈ, ਉਹਦੇ ਵਿੱਚ ਜਿਹੜਾ ਮੇਰਾ ਸੋਰਸ ਆਫ ਇਨਕਮ ਹੈ, ਮੈਂ ਥੋੜ੍ਹਾ ਬਹੁਤ ਆਪਦਾ ਕੰਮ ਕਰਦਾ, 12-1 ਵਜੇ ਤੱਕ ਕਰਦਾ ਹੁੰਦਾ ਜੀ। ਠੀਕ ਹੈ, ਉਹਦਾ ਆਯੁਰਵੈਦਿਕ ਮੈਡੀਸਨ ਦਾ ਕੰਮ ਹੈ ਸਪਲਾਈ ਦਾ, ਉਹ ਜਿੰਨਾ ਕੁ ਨਿਕਲਦਾ ਸਾਰਾ ਤਾਂ ਲੱਗ ਜਾਂਦਾ ਜੀ। ਬਾਕੀ ਦਾਨੀ ਸੱਜਣ ਹੈਗੇ, ਜਿਸ ਤਰ੍ਹਾਂ ਨੂੰ ਮੇਰਾ 18-19 ਕਿਲੋ ਦੁੱਧ ਲੱਗਦਾ ਡੇਲੀ ਜੀ, ਜਿਹਦੇ ਵਿੱਚੋਂ 9-10 ਕਿਲੋ ਇਕੱਠਾ ਹੁੰਦਾ ਜੀ, ਕਿਲੋ ਕਿਲੋ ਦੁੱਧ ਦਿੰਦਾ, ਕੋਈ 2 ਕਿਲੋ ਲਾ, ਕੋਈ 10 ਕਿਲੋ ਲਾ ਦਿੰਦਾ। ਲਲਿਤ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਂ ਅਤੇ 2 ਭਰਾ ਨੇ। ਪਰਿਵਾਰ ਮੁਤਾਬਕ ਕੁੱਤਿਆਂ ਦੀ ਸੇਵਾ ਕਰਨ ਕਰਕੇ ਦੋਵੇਂ ਭਰਾ ਲਲਿਤ ਤੋਂ ਦੂਰ ਹੋ ਗਏ। ਲਲਿਤ ਦੀ ਮਾਂ ਮੁਤਾਬਕ ਕੁੱਤਿਆਂ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਲਲਿਤ ਸਮਾਂ ਨਹੀਂ ਦੇਖਦੇ ਤੇ ਤੁਰ ਪੈਂਦੇ ਨੇ। ਤੁਹਾਨੂੰ ਮਾਰਦੇ ਸਾਰੇ, ਕਿਤੇ ਵੀ ਬੱਚਾ ਡਿੱਗਦਾ ਹੈ ਤਾਂ ਇਸੇ ਨੂੰ ਫੋਨ ਆਉਂਦਾ ਹੈ, ਤਾਂ ਇਹ ਟਾਈਮ ਨਹੀਂ ਦੇਖਦਾ ਕੋਈ ਵੀ, ਤਾਂ ਇਹਦੇ ਬਸ ਜਦੋਂ ਤੱਕ ਉਹ ਬਾਹਰ ਨਹੀਂ ਨਿਕਲਦਾ ਇਹ ਕਦੇ ਨਹੀਂ ਆਉਂਦਾ। ਅਸੀਂ ਹੁਣ ਗੁੱਸੇ ਵੀ ਹੁੰਦੇ ਵੀ ਤੂੰ ਇੰਨਾ ਇੰਨਾ ਟਾਈਮ ਬਾਹਰ ਲੱਗਦਾ, ਇਹਦਾ ਪਾਪਾ ਜੀ ਵੀ ਬਿਮਾਰ ਰਹਿੰਦੇ ਸੀ, ਤਾਂ ਫਿਰ ਮੈਂ ਚੁੱਪ ਕਰ ਰਹਿੰਦੀ ਸੀ ਵੀ ਇਹ ਕੱਢ ਕੇ ਆਊਗਾ ਬੱਚਾ। ਗਿੱਦੜਬਾਹਾ ਦੇ ਵਾਸੀ ਵੀ ਲਲਿਤ ਦੀ ਕੁੱਤਿਆਂ ਪ੍ਰਤੀ ਸ਼ਿੱਦਤ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਦੁਕਾਨਦਾਰ ਰਾਜੇਸ਼ ਤਾਂ ਇਹ ਵੀ ਦੱਸਦੇ ਨੇ ਕਿ ਕਈ ਵਾਰ ਤਾਂ ਲਲਿਤ ਕੋਲ ਪੈਸੇ ਨਾ ਹੋਣ ਦੀ ਸੂਰਤ ਵਿੱਚ ਉਹ ਉਹਨਾਂ ਨੂੰ ਸਮਾਨ ਵੀ ਦੇ ਦਿੰਦੇ ਨੇ। ਮੈਂ ਅਕਸਰ ਹੀ ਜਦੋਂ ਸੈਰ ਵਗੈਰਾ ਕਰਨ ਜਾਂਦੇ ਹਾਂ ਰਾਤ ਨੂੰ ਜਾਂ ਕਦੇ ਵੀ ਬਾਜ਼ਾਰ 'ਚ ਨਿਕਲਦੇ ਹਾਂ ਨਾ, ਤਾਂ ਮੈਂ ਜਿੰਨੇ ਵਾਰ ਵੀ ਦੇਖਿਆ ਉਹ ਕੁੱਤਿਆਂ ਦੇ ਆਸ ਪਾਸ ਹੀ ਦਿਖਿਆ, ਮਤਲਬ ਮੈਂ ਐ ਨਹੀਂ ਹੋ ਸਕਦਾ ਕਿ ਉਹ ਅਲੱਗ ਨੇ ਤੇ ਕੁੱਤੇ ਅਲੱਗ ਨੇ। ਡੇਲੀ 7-8 ਕਿਲੋ ਦੁੱਧ, ਬਿਸਕੁਟ, ਰਸ ਸਾਨੂੰ ਸਾਡੇ ਕੋਲ ਦੇ ਕੇ ਜਾਂਦਾ ਹੈ। ਜਦੋਂ ਨਹੀਂ ਪੈਸੇ ਹੁੰਦੇ ਉਹ ਸਾਨੂੰ ਕਹਿ ਦਿੰਦਾ ਵੀ ਅੱਜ ਪੈਸੇ ਹੈ ਨਹੀਂ, ਵੀ ਫਿਰ ਦਊਂਗਾ, ਉਹ ਵੀ ਅਸੀਂ ਕੋਈ ਐਡਜਸਟ ਕਰਕੇ ਦੇ ਦਿੰਦੇ ਹਾਂ ਜੀ। ਸਰਕਾਰੀ ਪਸ਼ੂ ਹਸਪਤਾਲ ਮੁਤਾਬਕ ਉਹਨਾਂ ਵੱਲੋਂ ਵੀ ਲਲਿਤ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਹ ਸਾਡੇ ਕੋਲ ਰੂਟੀਨਲੀ ਆਉਂਦੇ ਰਹਿੰਦੇ ਆ, ਤਾਂ ਜਦੋਂ ਵੀ ਕੋਈ ਬਿਮਾਰ ਹੁੰਦਾ ਤੇ ਉਹਨੂੰ ਇੱਥੇ ਵੀ ਲੈ ਕੇ ਆਉਂਦੇ, ਜਾਂ ਕਈ ਵਾਰ ਜਦੋਂ ਐਕਸਟ੍ਰੀਮ ਐਮਰਜੈਂਸੀ ਹੁੰਦੀ ਹੈ ਤਾਂ ਇਹਨਾਂ ਨਾਲ ਕਈ ਵਾਰ ਸਾਡੀ ਟੀਮ ਅਸੀਂ ਰਵਾਨਾ ਵੀ ਕਰਦੇ ਹਾਂ ਮੌਕਾ ਦੇਖਣ ਲਈ। ਜਿੰਨੇ ਵੀ ਬਿਮਾਰ ਹੁੰਦੇ ਆ ਪਸ਼ੂ, ਉਹ ਚਾਹੇ ਡੌਗਸ ਹੈ ਜਾਂ ਕੋਈ ਵੀ ਹੋਰ ਹੈ, 1 ਦਿਨ ਠੀਕ ਨਹੀਂ ਹੋ ਰਿਹਾ, 2 ਦਿਨ ਨਹੀਂ ਹੋ ਰਿਹਾ, 3 ਦਿਨ ਨਹੀਂ ਹੋ ਰਿਹਾ, ਤਾਂ ਆਪਣੀ ਪੂਰੀ ਡੈਡੀਕੇਸ਼ਨ ਨਾਲ ਉਹਨੇ ਦਿਨ ਲੈ ਕੇ ਆਉਂਦੇ ਆ ਲਗਾਤਾਰ। ਲਲਿਤ ਦਾ ਟੀਚਾ ਕੁੱਤਿਆਂ ਨੂੰ ਬਿਹਤਰ ਜ਼ਿੰਦਗੀ ਦੇਣਾ ਹੈ। ਜ਼ਿੰਦਗੀ ਦਾ ਟਾਰਗੇਟ ਸਰ ਇੱਧਰ ਹੀ ਹੈ, ਇਹਨਾਂ ਵਾਸਤੇ ਇੱਕ ਹੋਸਪਿਟਲ, ਐਂਬੂਲੈਂਸ ਤੇ ਇੱਕ ਬਹੁਤ ਵਧੀਆ ਸ਼ੈਲਟਰ, ਵਿਦਆਊਟ ਟ੍ਰੀਟਮੈਂਟ ਕੋਈ 2 ਡੋਗ ਡੁੱਕੀ ਨਾ ਹੋਵੇ।